ਕ੍ਰਿਸ਼ਨਾ ਵਾਸੀ ਦੇ ਸਮੂਹ ਮਹੱਲਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਏਰੀਏ ਨੂੰ ਕੰਟੋਨਮੈਂਟ ਜ਼ੋਨ ਵਿੱਚ ਲਿਜਾਇਆ ਜਾ ਚੁੱਕਾ ਹੈ। ਇਸ ਏਰੀਏ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਜਾਵੇਗਾ। ਸਮਾਣਾ ਸ਼ਹਿਰ 'ਚ ਅੱਜ ਕੋਵਿਡ-19 ਕੇ ਦੋ ਪਰਿਵਾਰਾਂ ਦੀ ਰਿਪੋਰਟਾਂ ਪੋਜ਼ਿਟਿਵ ਆਉਣ ਦੇ ਬਾਅਦ ਸਵਾਸਥਯ ਵਿਭਾਗ ਵੱਲ ਹਰਕਤ 'ਚ ਆ ਗਿਆ। ਉਹਨਾਂ ਨੇ ਉਸ ਇਲਾਕੇ ਨੂੰ ਸੀਲ ਕਰਨ ਦੇ ਲਈ ਟੀਮਾਂ ਪਹੁੰਚ ਗਈਆਂ ਹੈ। ਪਟਿਆਲਾ ਤੋਂ ਵੀ ਡਾਕਟਰ ਸਾਹਿਬ ਆਏ ਔਰ ਸਮਾਣਾ ਕੇ ਸੀਨੀਅਰ ਮੈਡੀਕਲ ਅਧਿਕਾਰੀ ਇਨ ਇਲਾਕਿਆਂ 'ਚ ਵਿੱਚ ਖੜ੍ਹੇ ਹੈ। ਬੜੈਚ ਕਲੋਨੀ ਔਰ ਡੋਗਰ ਬਾਜ਼ਾਰ ਦੇ ਵਿੱਚ ਦੋ ਪਰਿਵਾਰ ਸੀ ਜਿਨ੍ਹਾਂ ਕਿ ਇੱਕ ਪਰਿਵਾਰ ਦੀ ਪਹਿਲੇ ਬੜੈਚ ਕਲੋਨੀ ਦੀ ਇੱਕ ਲੜਕੀ ਸੀ ਜਿਸਕੀ ਉਮਰ ਕਰੀਬ 19 ਸਾਲ ਦੀ, ਉਸਕੀ ਰਿਪੋਰਟ ਪੋਜ਼ਿਟਿਵ ਆਈ ਸੀ। ਉਸ ਦੇ ਬਾਅਦ ਉਸ ਪਰਿਵਾਰ ਕੇ ਸੈਂਪਲ ਲਏ ਗਏ ਜਿਸਕੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿੱਥੇ ਘੱਟੋ ਘੱਟ 5 ਮੈਂਬਰ ਹੈ ਔਰ ਇੱਧਰ ਵਿੱਚ 6 ਮੈਂਬਰ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਰਿਵਾਰ ਦੇ ਕੰਟੈਕਟ ਦੇ ਵਿੱਚ ਆਉਣ ਨਾਲ ਇਹਨਾਂ ਦੀ ਰਿਪੋਰਟਾਂ ਪੋਜ਼ਿਟਿਵ ਆਈਆਂ। ਬਾਕੀ ਜਾਂਚ ਕੀਤੀ ਜਾ ਰਹੀ ਹੈ ਔਰ ਇਸ ਇਲਾਕੇ ਨੂੰ ਜਿਹੜੀ ਦੋਨੋਂ ਡੋਗਰ ਬਾਜ਼ਾਰ ਔਰ ਬੜੈਚ ਕਲੋਨੀ ਦੀ ਗਲੀਆਂ ਹੈ ਇਹਨਾਂ ਨੂੰ ਸੀਲ ਕੀਤਾ ਜਾ ਰਿਹਾ। ਸਾਡੇ 25 ਕੇਸ ਪੈਂਡਿੰਗ ਸੀਗੇ ਜਿਹਨਾਂ ਦੀ ਰਿਪੋਰਟ ਅੱਜ ਆਈ ਹੈ। ਉਹਨਾਂ 'ਚੋਂ 12 ਪੋਜ਼ਿਟਿਵ ਆਏ ਨੇ, ਪਰ ਜਿਹੜੇ 2 ਫੈਮਿਲੀਜ਼ ਕੰਟੈਕਟ ਟ੍ਰੇਸਿੰਗ 'ਚ ਸੈਂਪਲਿੰਗ ਕੀਤੀ ਸੀ ਉਹ ਫੈਮਿਲੀਜ਼ ਦੋਨੋਂ ਪੋਜ਼ਿਟਿਵ ਆਈਆਂ ਨੇ। ਇੱਕ ਫੈਮਿਲੀ ਦੇ 6 ਬੰਦੇ ਪੋਜ਼ਿਟਿਵ ਆਏ ਨੇ, ਦੂਜੀ ਫੈਮਿਲੀ ਦੇ 4 ਬੰਦੇ ਪੋਜ਼ਿਟਿਵ ਆਏ ਨੇ। ਇਹਨਾਂ ਨੂੰ ਸਾਰਿਆਂ ਨੂੰ ਅਸੀਂ ਆਈਸੋਲੇਟ ਕਰਨ ਲੱਗੇ ਹਾਂ ਅਤੇ ਇਹਨਾਂ ਨੂੰ ਮੈਰੀਟੋਰੀਓ ਸਕੂਲ 'ਚ ਭੇਜ ਰਹੇ ਹਾਂ। 2 ਬੰਦੇ ਸਿਮਟੋਮੈਟਿਕ ਨੇ, ਉਹਨਾਂ ਨੂੰ ਰਜਿੰਦਰਾ ਹੋਸਪਿਟਲ ਰੈਫਰ ਕਰ ਰਹੇ ਹਾਂ। ਜਿਹੜਾ ਏਰੀਆ ਉਹਨੂੰ ਸੀਲ ਵੀ ਕਰ ਰਹੇ ਹਾਂ। ਸਾਡੇ ਕੋਲ ਡਿਸਟ੍ਰਿਕਟ ਐਪੀਡੀਮੋਲੋਜਿਸਟ ਡਾਕਟਰ ਸੁਮੀਤ ਆਏ ਨੇ, ਉਹ ਜਾ ਕੇ ਏਰੀਆ ਅਸੈਸ ਕਰਨਗੇ, ਉਹਦੇ ਅਕੋਰਡਿੰਗ ਕਿੰਨਾ ਏਰੀਆ ਕੰਟੇਨਮੈਂਟ ਜ਼ੋਨ 'ਚ ਲੈ ਕੇ ਆਉਣਾ ਉਹ ਡਿਸਾਈਡ ਕਰਨਗੇ। ਕੈਮਰਾਮੈਨ ਬਾਸੰਗ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।